जिला तरन तारण अधीन पेंदे पिंड भगवानपुरा तो 7 महीने पहला कोर्ट ईसेखां विखे व्याही लड़की की दाज के लोभी सहुरे परिवार वालों की गई बेरहमी नाल कुटमार दे विच उस दे गल विच रस्सा पा के उसनू फाहा दे के मारन की कोशिश भी की गई। इसकी जानकारी पीड़ित लड़की नंदनी की माँ नेहा राणी और उसके भरा साहिल ने दी है। तो सहुरे परिवार वालों लड़की तो बुलेट मोटरसाइकिल की मांग की जाती थी। तो दूजे पासे इस संबंधी जो लड़के वाले धिर गलबात की गई जिसका नाम उसका पति जतेंद्र कुमार है उसके नाल फोन पर गलबात की गई तो उन्होंने अपने ते लाए सारे दोषों नूं सिरे तो नकार दिता। तो इस संबंधी थाणा भिखीविंड के SHO बलविंदर सिंह औलख के नाल भी गलबात की है। तो उन्होंने आख्या है कि लड़की वालों उन्होंने दरखास्त मिली है तो जिस पर वो कार्रवाई कर रहे हैं। बुलेट की मंग करते हैं, थोड़े चिर बाद बुलेट की मंग की है, कुट मार के करते पे ने मेरे जेडे सहुरे सारे उतों वाले। ਤੁਹਾਡਾ ਪੇਕਾ ਪਿੰਡ ਕਿਹੜਾ ਹੈ? ਪੇਕਾ ਪਿੰਡ ਮੇਰਾ ਭਗਵਾਨਪੁਰਾ। ਕਿੱਥੇ ਵਿਆਹੇ ਤੁਸੀਂ? ਕੋਟੀ ਸੇ ਤਾਂ। ਇਹ ਕੁੱਟ ਮਾਰ ਕਦੋਂ ਦੀ ਹੋ ਰਹੀ ਹੈ? ਇਹ ਕੁੱਟ ਮਾਰ ਵਿਆਹ ਤੋਂ ਥੋੜੇ ਚਿਰ ਬਾਅਦ ਹੋ ਰਹੀ ਹੈ। ਮੈਂ ਘਰਦਿਆਂ ਨੂੰ ਨਹੀਂ ਦੱਸਦੀ ਪਈ ਹਾਂ ਤੇ ਹੁਣ ਆ ਹਰ ਕੇ ਫੇਰ ਮੈਨੂੰ ਘਰਦਿਆਂ ਨੂੰ ਦੱਸਣਾ ਪਿਆ ਹੈ ਗੱਲ। ਕੀ ਨਾਂ ਜੀ ਤੁਹਾਡਾ? ਮੇਹਰਾ। ਇਹ ਤੁਹਾਡੀ ਕੀ ਲੱਗਦੀ ਜਿਹੜੇ ਲੜਕੀ ਦੀ ਤੱਕ? ਜਿਹੜੀ ਹੈ ਮੇਰੀ। ਕੀ ਸਾਰਾ ਮਸਲਾ ਜੀ? ਜੇ 7 ਮਹੀਨੇ ਪਾਜੀ ਦੇ ਵਿਆਹ ਨੂੰ ਹੋਏ ਤੇ ਉਹਦੇ ਦੀ ਕੁੱਟ ਮਾਰ ਕਰਦੇ ਪਏ ਬੁਲਟ ਦੀ ਮੰਗ ਮੰਗਦੇ ਹੋ। ਉਦੋਂ ਦਾ ਇਹਨੇ ਸਾਨੂੰ ਦੱਸਿਆ ਨਹੀਂ ਆ, ਥੋੜ੍ਹਾ ਚਿਰ ਜਦੋਂ ਗਿਆਨ ਹੋਇਆ ਉਸ ਤੋਂ ਮਗਰੋਂ ਸਾਨੂੰ ਇਹਨੇ ਦੱਸਿਆ ਵੀ ਇਸ ਤਰ੍ਹਾਂ ਬੁਲਟ ਦੀ ਮੰਗ ਕਰਦੇ ਨੇ ਵੀ। ਜਦੋਂ ਲੜਕੀ ਨੇ ਕੁੱਟ ਮਾਰ ਹੋ ਰਹੀ ਸੀ ਤੁਸੀਂ ਉਦੋਂ ਪਹੁੰਚੇ ਜਾਂ ਕੀ ਸਾਰਾ ਪਸਲ? ਜੋ ਕੁੱਟ ਮਾਰ ਹੁੰਦੀ ਨਾ ਇਹਦੇ ਗੱਲ 'ਚ ਰੱਸੀ ਪਾਈ ਇਹਦੀ ਜਠਾਣੀ ਨੇ ਅਤੇ ਇਹਦੇ ਘਰ ਵਾਲਾ ਜੀ ਜਤਿੰਦਰ ਕੁਮਾਰ ਨੇ, ਅਤੇ ਉੱਤੇ ਮੌਕੇ 'ਤੇ ਅਸੀਂ ਉੱਥੇ ਪਹੁੰਚ ਗਏ। ਅਸੀਂ ਮਹਾਂ ਹੀ ਛਡਾਇਆ, ਸਾਡੇ ਵਿੱਚ ਬੇੜਾ ਪੂਰਾ ਉਹਨਾਂ ਨੇ ਛੱਡਿਆ। ਤੁਸੀਂ ਮੌਕੇ 'ਤੇ ਪਹੁੰਚੇ ਸੀ? ਹਾਂਜੀ। ਤਾਂ ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਮੰਗ ਸਰਕਾਰ ਦੇ ਕੋਲ ਇਹੋ ਕਰਦੇ ਵੀ ਸਾਨੂੰ ਇਨਸਾਫ ਜੀ। ਵੀਰ ਜੀ ਕੀ ਨਾਂ ਤੁਹਾਡਾ ਅਤੇ ਕਿਹੜਾ ਪਿੰਡ ਹੈ ਜੀ? ਮੇਰਾ ਨਾਂ ਸਾਹਿਲ ਹੈ ਜੀ, ਮੇਰਾ ਪਿੰਡ ਭਗਵਾਨਪੁਰਾ ਹੈ। ਇਹ ਜਿਹੜੀ ਗੁੜੀਆ ਨਾਲ ਕੁੱਟਮਾਰ ਹੋਈ ਇਹ ਤੁਹਾਡੀ ਕੀ ਲੱਗਦੀ ਹੈ? ਇਹ ਮੇਰੀ ਭੈਣ ਹੈ। ਕੀ ਸਾਰਾ ਮਸਲਾ ਜੀ? ਇਹ ਜੀ ਕੁੜੀ ਦਾ ਅਸੀਂ ਵਿਆਹ ਕੀਤਾ ਸੀ ਅੱਜ ਤੋਂ 7 ਮਹੀਨੇ ਪਹਿਲਾਂ, ਅਤੇ ਇਹਦੇ ਸਹੁਰੇ ਇਹਦੇ ਕੋਲੋਂ ਦਾਜ ਦੀ ਮੰਗ ਕਰਦੇ, ਬੁਲਟ ਮੰਗਦੇ। ਕਿਹੜੀ ਜਗ੍ਹਾ ਵਿਆਹੀ ਸੀ? ਕੋਟੀ ਸੇਖਾਂ ਵਿਆਹੀ ਹੈ ਜੀ, ਅਤੇ ਉਹ ਇਹਦੀ ਕੁੱਟਮਾਰ ਕਰਦੇ ਸੀ। ਇਹਨੇ ਸਾਨੂੰ ਪਹਿਲਾਂ ਨਹੀਂ ਦੱਸਿਆ, ਫਿਰ ਜਦੋਂ ਇਹਦੀ ਜ਼ਿਆਦਾ ਕੁੱਟਮਾਰ ਕੀਤੀ ਫਿਰ ਉਦਣ ਇਹਨੇ ਕਿਸੇ ਰਿਸ਼ਤੇਦਾਰ ਦੇ ਫੋਨ ਤੋਂ ਸਾਨੂੰ ਇਹਨੇ ਫੋਨ ਕੀਤਾ ਅਤੇ ਕਿਹਾ ਕਿ ਇੱਥੇ ਆਓ ਮੇਰੀ ਕੁੱਟਮਾਰ ਜ਼ਿਆਦਾ ਕਰਨ ਦਾ, ਅਤੇ ਅਸੀਂ ਗਏ ਅਤੇ ਜਦੋਂ ਮੌਕੇ 'ਤੇ ਪਹੁੰਚੇ ਅਸੀਂ ਵੇਖਿਆ ਕਿ ਇਹਨੂੰ ਸਾਰਾ ਟੱਬਰ ਹੀ ਕੁੱਟਣ ਦਿਆ ਸੀ, ਇਹਦੇ ਗਲ 'ਚ ਰੱਸਾ ਪਾਇਆ ਸੀ, ਅਤੇ ਜੇ ਅਸੀਂ 2 ਮਿੰਟ ਵੀ ਲੇਟ ਹੋ ਜਾਂਦੇ ਸਾਡੀ ਕੁੜੀ ਮਰ ਜਾਣੀ। ਅਸੀਂ ਇਹਨੂੰ ਜਾ ਕੇ ਮੌਕੇ 'ਤੇ ਤਗੜੇ ਹੋ ਕੇ ਛਡਾਇਆ, ਕੁੜੀ ਨੂੰ ਵਾਪਸ ਘਰ ਲੈ ਕੇ ਆ ਗਏ ਅਤੇ ਭਿੱਖੀਵਿੰਡ ਥਾਣੇ ਦਰਖਾਸਤ ਦਿੱਤੀ ਹੈ। ਤੁਸੀਂ ਕੀ ਮੰਗ ਕਰਦੇ? ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ, ਸਾਡੀ ਕੁੜੀ ਨਾਲ ਬਹੁਤ ਮਾੜੀ ਹਰਕਤ ਮੈਂ ਕੀਤੀ, ਬੜੀ ਮਾੜੀ ਹਾਲਤ ਕੀਤੀ ਆ, ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਲੜਕੇ ਦਾ ਕੀ ਨਾਮ ਹੈ? ਉਹਦੇ ਨਾਲ ਜਤਿੰਦਰ ਕੁਮਾਰ ਹੈ। ਜਿੰਨਾ ਕਿੰਨੇ ਕੁ ਜਣਿਆਂ ਨੇ ਕੁੱਟਮਾਰ ਕੀਤੀ ਸੀ? ਅਸੀਂ ਜਦੋਂ ਵੇਖਿਆ ਜੀ ਸਾਰਾ ਟੱਬਰ ਹੀ ਇਹਦੇ ਦੁਆਲੇ ਹੋਏ ਸੀ, ਅਤੇ ਜਤਿੰਦਰ ਕੁਮਾਰ ਅਤੇ ਰੇਨੂਗਾ ਜਿਹੜੀ ਇਹਦੀ ਜਠਾਣੀ ਆ ਉਹਨਾਂ ਇਹਦੇ ਗਲ 'ਚ ਰੱਸੀ ਪਾਈ। ਪਿੰਡ ਭਗਵਾਨਪੁਰੇ ਲੜਕੀ ਆ ਅਤੇ ਕੋੜੀ ਸੇਖਾਂ ਵਿਆਹੀ ਨੰਦਨੀ ਉਹਦਾ ਨਾਮ ਆ, ਅਤੇ ਉਹਦੇ ਨਾਲ ਕੁੱਟਮਾਰ ਹੋਈ ਹੈ, ਗਲ ਦੇ ਵਿੱਚ ਜਿਹੜੀ ਆ ਰੱਸੀਆਂ ਪੈ ਕੇ ਫਾਹ ਦਿੱਤਾ ਗਿਆ, ਜਾਣ ਦੀ ਕੋਸ਼ਿਸ਼ ਕੀਤੀ ਹੈ, ਕੀ ਸਾਰਾ ਮਸਲਾ ਸਰ? ਜੀ ਨੰਦਨੀ ਭਗਵਾਨਪੁਰੇ ਦੀ ਹੈ, ਜਿਹਦਾ 7 ਕੁ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਕੋਟੀ ਸੇਖਾਂ, ਉਹਦੇ ਵੱਲੋਂ ਦਰਖਾਸਤ ਮੂਵ ਕੀਤੀ ਹੈ ਅਤੇ ਉਹਦੇ ਸਹੁਰੇ ਘਰ ਜਿਹੜੀ ਉਹਦੀ ਕੁੱਟਮਾਰ ਹੋਈ ਹੈ ਅਤੇ ਉਹ ਵਾਪਸ ਆਪਣੇ ਇੱਥੇ ਪੇਕੇ ਘਰ ਭਗਵਾਨਪੁਰੇ ਆ ਗਈ ਹੈ, ਅਤੇ ਦੋਨਾਂ ਧਿਰਾਂ ਨੂੰ ਜਿਹੜਾ ਤਲਬ ਕਰਕੇ ਜੋੜੀ ਬਣਦੀ ਕਰਦੇ ਜਿਹੜੀ ਕੀਤੀ ਜਾਵੇਗੀ। ਹੈਲੋ 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 ਹਾਂਜੀ, ਕੋਟ ਈਸੇ ਖਾਂ ਤੋਂ ਬੋਲਦੇ ਜਤਿੰਦਰ ਕੁਮਾਰ ਜੀ? ਹਾਂਜੀ ਹਾਂਜੀ ਸਰ ਜੀ, ਹੁੰਦਾ ਜੀ ਪ੍ਰੈਸ ਰਿਪੋਰਟਰ ਜੀ। ਹਾਂਜੀ ਜੀ ਸਰ ਜੀ। ਅੱਛਾ ਸਰ, ਤੁਹਾਡੇ ਨਾ ਪਤਨੀ ਨੰਦਨੀ ਹੈ, ਹਾਂਜੀ, ਤੁਹਾਡੇ ਤੇ ਦੋਸ਼ ਲਾਇਆ ਕਿ ਤੁਹਾਡੇ ਵੱਲੋਂ ਤੇ ਤੁਹਾਡੇ ਪਰਿਵਾਰ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ, ਤੇ ਉਸ ਤੁਹਾਡੇ ਤੋਂ ਤੁਸੀਂ ਉਹਨਾਂ ਤੋਂ ਬੁਲਟ ਮੰਗ ਰਹੇ, ਜੇ ਬੁਲਟ ਨਹੀਂ ਦਿੱਤਾ ਤੇ ਉਹਨੂੰ ਫਾਹ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਨਾਬ ਕੁਛ ਵੀ ਇਦਾਂ ਦਾ ਨਹੀਂ ਹੈਗਾ ਸਰ, ਕੁਛ ਵੀ ਨਹੀਂ ਹੈਗਾ, ਸਾਡੇ ਮੋਤਬਰ ਬੰਦੇ ਹੈ ਜੀ ਸਰ, ਉਹਨਾਂ ਦੇ ਸਾਹਮਣੇ ਦੇਈਏ। ਹਾਂਜੀ ਜਨਾਬ, ਕੋਈ ਗੱਲ ਨਹੀਂ, ਕੋਈ ਰੌਲਾ ਨਹੀਂ ਜੀ। ਜਨਾਬ ਜਿਹੜੀ ਕੁੱਟਮਾਰ ਕੀਤੀ ਗਈ ਉਹਦੇ ਗਲ ਦੇ ਵਿੱਚ ਰੱਸੀ ਦੇ ਫਾਹ ਦੇ ਨਿਸ਼ਾਨ ਵੀ ਆ ਤੇ ਉਹ ਦਾਖਲ ਵੀ ਆ ਹਸਪੀਟਲ। ਜਨਾਬ ਜੀ ਇਦਾਂ ਦੀ ਕੋਈ ਗੱਲ ਨਹੀਂ, ਸਾਡੇ ਮੋਤਬਰ ਬੰਦੇ ਹੈਗੇ ਨੇ, ਉਹਨਾਂ ਦੇ ਸਾਹਮਣੇ ਗਈ ਸੀਗੀ, ਐਮਸੀ ਸਾਹਿਬ ਨੇ ਹੈਗੇ ਸੀਗੇ। ਜਨਾਬ ਇਦਾਂ ਦੀ ਕੋਈ ਗੱਲਬਾਤ ਨੀ, ਸਾਡੇ ਨਾਲ ਵਧੀਆ ਗਏ ਆ। ਲੜਕੀ ਦੇ ਪੇਕੇ ਪਰਿਵਾਰ ਦਾ ਵੀ ਕਹਿਣਾ ਕਿ ਅਸੀਂ ਉਹਨਾਂ ਨੂੰ ਲੈਣ ਗਏ ਕੁੜੀ ਨੂੰ, ਤੇ ਸਾਡੀ ਵੀ ਉੱਥੇ ਇਹਨਾਂ ਵੱਲੋਂ ਕੁੱਟਮਾਰ ਕੀਤੀ ਗਈ, ਅਤੇ ਕੁੜੀ ਨੂੰ ਫਾਹ ਦੇਣ ਲਿਆ ਸੀ ਸਾਡੇ ਜਾਂਦਿਆਂ ਨੂੰ। ਜਨਾਬ ਜੀ ਇਦਾਂ ਦੀ ਤਾਂ ਕੋਈ ਗੱਲਬਾਤ ਨੀ ਹੈਗੀ ਜੀ, ਜਦੋਂ ਮਰਜ਼ੀ ਜਨਾਬ ਜੀ ਜਦੋਂ ਮਰਜ਼ੀ ਕਰ ਸਕਦੇ, ਜਿੱਦਾਂ ਵੀ ਪੁੱਛ ਸਕਦੇ ਹੋ ਸਾਡੇ ਆਂਢ ਗੁਆਂਢ ਜਾਂ
ਮੋਤਬਾਰ ਬੰਦਾ ਕਹਿ ਦੇਵੇ ਅਸੀਂ ਜ਼ਿੰਮੇਵਾਰ ਹੋਵਾਂਗੇ ਜਨਾਬ, ਕੋਈ ਏਦਾਂ ਦੀ ਨਹੀਂ ਪ੍ਰੋਬਲਮ ਜਨਾਬ। ਓਕੇ ਜੀ, ਧੰਨਵਾਦ।